ਸਸ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਰਮਨ ਸਵਾਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਮੀਡ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਦੇ ਉੱਤੇ ਅੱਜ ਤੁਹਾਡੇ ਲਈ ਬਹੁਤ ਹੀ ਵਧੀਆ ਰਿਕਰੂਟਮੈਂਟ ਨੋਟੀਫਿਕੇਸ਼ਨਸ ਲੈ ਕੇ ਆਇਆ ਹਾਂ ਜੋ ਕਿ ਪੰਜ ਤਰ੍ਹਾਂ ਦੀਆਂ ਭਰਤੀਆਂ ਜਿਹੜੀਆਂ ਅੱਜ ਦੀ ਵੀਡੀਓ ਵਿੱਚ ਆਪਾਂ ਡਿਸਕਸ ਕਰਨ ਵਾਲੇ ਹਾਂ ਜੋ ਕਿ ਪ੍ਰੀਵਿਅਸ ਡੇ ਦੇ ਵਿੱਚ ਆਊਟ ਹੋਈਆਂ ਨੇ ਅਗਰ ਕਿਸੇ ਨੂੰ ਉਸ ਦੇ ਰਿਲੇਟਿਡ ਅਪਡੇਟ ਨਹੀਂ ਮਿਲਿਆ ਜਾਂ ਉਹਨਾਂ ਨੇ ਹਾਲ ਤੱਕ ਅਪਲਾਈ ਨਹੀਂ ਕੀਤਾ ਤਾਂ ਜ਼ਰੂਰ ਇਹਨਾਂ ਭਰਤੀਆਂ ਲਈ ਅਪਲਾਈ ਕਰ ਲਓ ਅਲੱਗ-ਅਲੱਗ ਡਿਪਾਰਟਮੈਂਟ ਦੇ ਵਿੱਚ ਅਲੱਗ-ਅਲੱਗ ਵੈਕੈਂਸੀਆਂ ਜਿਹੜੀਆਂ ਨੇ ਆਊਟ ਕੀਤੀਆਂ ਹੈ ਗਿਆ ਦੇਖਣਾ ਤਾਂ ਕਿ ਹੋ ਸਕਦਾ ਕਿਸ ਨਾ ਕਿਸੇ ਪਰਤ ਲਈ ਤੁਸੀਂ ਵੀ एलिजिबल ਹੋਵੋ ਤੇ ਅਪਲਾਈ ਕਰ ਪਾਓ ਮੈਂ ਸਾਰੇ ਲਿੰਕ ਜਿਹੜੇ ਨੇ ਜੀ ਤੁਹਾਨੂੰ ਇਸ ਵੀਡੀਓ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਾਂਗਾ ਤੁਸੀਂ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ ਤੋਂ ਸੋ ਅਗਰ ਤੁਸੀਂ ਪਹਿਲੀ ਵਾਰੀ ਸਾਡੇ ਚੈਨਲ ਤੇ ਆ ਰਹੇ ਹੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਔਰ ਨਾਲ ਦੀ ਨਾਲ ਬੈਲ ਆਈਕਨ ਵੀ ਦਬਾ ਦੇਣਾ ਜਿਸ ਨਾਲ ਹਰ ਇੱਕ ਰਿਕਰੂਟਮੈਂਟ ਨੋਟੀਫਿਕੇਸ਼ਨ ਤانوں ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇਗਾ ਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਕਰ ਪਾਉਂਗੇ ਬਹੁਤ ਸਾਰੀ ਇਦਾਂ ਦੀ ਵੈਕੈਂਸੀਜ਼ ਹੁੰਦੀਆਂ ਨੇ ਜਿਹੜੀਆਂ ਕਿ ਪੰਜਾਬ ਦੇ ਵਿੱਚ ਆਊਟ ਹੁੰਦੀਆਂ ਨੇ ਲੇਕਿਨ ਤੁਸੀਂ ਉਹਦੇ ਅਪਡੇਟ ਨਹੀਂ ਲੈ ਪਾਉਂਦੇ ਉਹ ਤੁਸੀਂ ਸਾਡੀ ਵੈਬਸਾਈਟ www.clory.com ਤੋਂ ਜਾ ਕੇ ਲੈ ਸਕਦੇ ਹੋ ਕਿਸੇ ਵੀ ਤਰ੍ਹਾਂ ਦੇ ਜੌਬ ਰਿਲੇਟਿਡ ਅਪਡੇਟ ਹੋਣੀਆਂ ਐਗਜ਼ਾਮੀਨੇਸ਼ਨ ਦੇ ਰਿਲੇਟਿਡ ਰਿਜ਼ਲਟ ਰਿਲੇਟਿਡ ਐਡਮਿਟ ਕਾਰਡਸ ਰਿਲੇਟਿਡ ਹੋਣੀਆਂ ਗਵਰਨਮੈਂਟ ਦੀ ਕੋਈ ਅਨਾਉਂਸਮੈਂਟ ਹੋਵੇ ਜਾਂ ਗਵਰਨਮੈਂਟ ਵੱਲੋਂ ਹੀ ਕੋਈ ਅਪਡੇਟ ਦਿੱਤਾ ਗਿਆ ਹੋਵੇ ਮੈਂ ਤੁਹਾਡੇ ਲਈ ਸਭ ਤੋਂ ਪਹਿਲਾਂ ਆਪਣੀ ਵੈਬਸਾਈਟ ਤੇ ਅਪਡੇਟ ਕਰ ਦੇਣਾ ਹਾਂ ਤੁਸੀਂ ਉਮੀਡ ਨੋਟੀਫਿਕੇਸ਼ਨ ਤੇ ਸਟੈਪ ਬਾਈ ਸਟੈਪ 1 ਬਾਈ 1 ਆਪਾਂ ਜਿਹੜਾ ਡਿਸਕਸ ਕਰਾਂਗੇ ਸਭ ਤੋਂ ਪਹਿਲੇ ਨੋਟੀਫਿਕੇਸ਼ਨ ਆਪਾਂ ਹੁਣ ਡਿਸਕਸ ਕਰ ਲੈਣੇ ਜਿਹੜਾ ਕਿ SSC ਵੱਲੋਂ ਆਊਟ ਕੀਤਾ ਗਿਆ ਹੈ ਜੀ ਇਹ ਵਾਲੀ ਵੈਕੈਂਸੀ ਜਿਹੜੀਆਂ ਨੇ ਰੀਸੈਂਟਲੀ ਆਊਟ ਹੋਈਆਂ ਨੇ ਜਿਹੇ ਨੋਟੀਫਿਕੇਸ਼ਨ ਤੁਸੀਂ ਦੇਖ ਪਾ ਰਹੇ ਹੋ ਜੋ ਕਿ ਮਿਨਿਸਟਰੀ ਆਫ ਪਰਸਨਲ ਐਂਡ ਪਬਲਿਕ ਗ੍ਰਿਵੈਂਸ ਪੈਨਸ਼ਨਸ ਵੱਲੋਂ ਸਟਾਫ ਸਿਲੈਕਸ਼ਨ ਕਮਿਸ਼ਨ ਵੱਲੋਂ ਆਊਟ ਹੋਈਆਂ ਨੇ ਇਸ ਦੇ ਵਿੱਚ ਅਗਰ ਮੈਂ ਗੱਲ ਕਰਾਂ 200 ਤੋਂ ਵੱਧ ਤਰ੍ਹਾਂ ਦੀਆਂ ਵੈਕੈਂਸੀ ਜਿਹੜੀਆਂ ਨੇ ਉਹ ਆਊਟ ਕੀਤੀਆਂ ਗਈਆਂ ਨੇ ਇਸ ਦੇ ਵਿੱਚ ਸਭ ਤੋਂ ਵੱਧ ਆਪਾਂ ਇੰਪੋਰਟੈਂਟ ਡੇਟਸ ਡਿਸਕਸ ਕਰ ਲੈਣੇ ਹੈ ਜੀ ਇਹਦੇ ਅਪਲਾਈ ਕਰਨਾ ਜਿਹੜਾ ਹੈ ਸਟਾਰਟ 24/9/2021 ਤੋਂ ਹੋ ਜਾਏਗਾ 25/10/2021 ਤੱਕ ਤੁਸੀਂ ਅਪਲੀਕੇਸ਼ਨ ਜਿਹੜੀ ਨੇ ਓਪਨ ਰਹਿਣਗੇ ਅਪਲਾਈ ਕਰ ਪਾਉਗੇ ਇਹਦੇ ਲਈ ਪੇਮੈਂਟ ਫੀ ਦੀ 28 10 2021 ਰਹੇਗੀ ਜੋ ਕਿ ਰਾਤ ਨੂੰ 11:00 ਵਜੇ 30 ਮਿੰਟ ਤੱਕ ਤੁਸੀਂ ਕਰ ਸਕਦੇ ਹੋ ਜੀ ਆਫਲਾਈਨ ਚਲਾਨ ਦੀ ਜਿਹੜੀ ਹੈਗੀ ਹੈ ਜੀ 28 10 2021 ਰਾਤ ਨੂੰ 11:00 ਵਜੇ 30 ਮਿੰਟ ਤੱਕ ਭਰ ਸਕਦੇ ਹੋ ਲਾਸਟ ਡੇਟ ਜਿਹੜੀ ਹੈ ਜੀ ਪੇਮੈਂਟ ਜਿਹੜੀ ਥਰੂ ਚਲਾਨ ਡਿਊਰਿੰਗ ਵਰਕਿੰਗ ਆਰ ਬੈਂਕ ਦੇ ਉਹ ਹੈਗੀ ਹੈ ਜੀ 11 11 2021 ਤੱਕ ਜੀ ਉਸ ਤੋਂ ਬਾਅਦ ਨੈਕਸਟ ਅਗਰ ਅਸੀਂ ਗੱਲ ਕਰਦੇ ਹਾਂ ਇਸ ਦੇ ਵਿੱਚ ਕਿ ਕਿੰਨੀ ਤਰ੍ਹਾਂ ਦੀ ਵੈਕੈਂਸੀ ਜਿਹੜੇ ਨੇ ਆਊਟ ਹੋਈਆਂ ਨੇ ਉਹ ਤੁਹਾਨੂੰ ਦੱਸ ਦੇਣਾ ਹੈ ਜੀ ਮੈਂ ਇਹ ਸਭ ਤੋਂ ਪਹਿਲਾਂ ਸਾਰੀ ਵੈਕੈਂਸੀਸ ਤੁਸੀਂ ਸਭ ਤੋਂ ਪਹਿਲਾਂ ਫਾਰਮੈਟ ਦੱਸ ਜਾਣਾ ਕਿ ਇਸ ਫਾਰਮੈਟ ਤੁਸੀਂ ਇਹਨਾਂ ਨੂੰ ਦੇਖ ਸਕਦੇ ਹੋ ਜਿੱਦਾਂ ਕਿ ਪਹਿਲੀ ਵੈਕੈਂਸੀ ਦੀ ਅਗਰ ਗੱਲ ਕਰੀਏ ਜੂਨੀਅਰ ਸੀਡ ਐਨਾਲਿਸਿਸ ਦੀ ਐਨਾਲਿਸਟ ਦੀ ਜਿਹੜੀ ਵੈਕੈਂਸੀ ਆਊਟ ਕੀਤੀ ਗਈ ਹੈ ਜੀ ਡਿਪਾਰਟਮੈਂਟ ਨੇਮ ਲਿਖਿਆ ਹੋਇਆ ਨੈਸ਼ਨਲ ਸੀਡ ਰਿਸਰਚ ਐਂਡ ਟ੍ਰੇਨਿੰਗ ਸੈਂਟਰ ਠੀਕ ਹੈ ਜੀ ਉਹਦੇ ਵੱਲੋਂ 18 ਤੋਂ ਲੈ ਕੇ 30 ਸਾਲ ਤੱਕ ਦੇ ਕੈਂਡੀਡੇਟ ਐਲੀਜੀਬਲ ਨੇ ਪੇ ਸਕੇਲ ਜਿਹੜਾ ਜੀ ਲੈਵਲ 6 ਰਹੇਗਾ ਇਹਦੇ ਵਿੱਚ ਗ੍ਰੈਜੂਏਸ਼ਨ ਐਂਡ ਅਬੋਵ ਕੈਂਡੀਡੇਟ ਨੇ ਅਪਲਾਈ ਕਰ ਸਕਦੇ ਨੇ ਵੈਕੈਂਸੀਸ ਕਿੰਨੀਆਂ ਆਊਟ ਹੋਈਆਂ ਨੇ ਟੋਟਲ ਦੇ ਉਸ ਦੇ ਵਿੱਚ ਗ੍ਰੈਜੂਏਸ਼ਨ ਠੀਕ ਹੈ ਜੀ میٹرਿਕ ਵਾਲੇ ਗ੍ਰੈਜੂਏਸ਼ਨ ਐਂਡ ਅਬੋਵ ਵਾਲੇ ਅਪਲਾਈ ਕਰ ਸਕਦੇ ਨੇ ਪਲੱਸ 2 ਵਾਲੇ ਅਪਲਾਈ ਕਰ ਸਕਦੇ ਨੇ ਠੀਕ ਹੈ ਜੀ ਗ੍ਰੈਜੂਏਸ਼ਨ ਇਹਦੇ ਸਾਰੇ ਕੈਟਾਗਰੀ ਤੇ ਹਰ ਤਰ੍ਹਾਂ ਦੀਆਂ ਵੈਕੈਂਸੀ ਜਿਹੜੇ ਅਨਾਉਂਟ ਕੀਤੀਆਂ ਗਈਆਂ ਨੇ ਹਰ ਇੱਕ ਤਰ੍ਹਾਂ ਦੀ ਮਲਟੀਟਾਸਕਿੰਗ ਸਟਾਫ ਤੋਂ ਲੈ ਕੇ ਹਰ ਇੱਕ ਤਰ੍ਹਾਂ ਦੀਆਂ ਵੈਕੈਂਸੀ ਜਿਹੜੇ ਨੇ ਉਹ ਆਊਟ ਕੀਤੀਆਂ ਗਈਆਂ ਮੈਂ ਜਿੱਦਾਂ ਤੁਹਾਨੂੰ ਦੱਸਿਆ ਸੀਗਾ 200 ਤੋਂ ਵੱਧ ਵੈਕੈਂਸੀ ਜਿਹੜੀਆਂ ਨੇ ਉਹ ਆਊਟ ਕੀਤੀਆਂ ਗਈਆਂ ਨੇ ਤੁਸੀਂ ਖੁਦ ਵੀ ਚੈੱਕ ਕਰ ਸਕਦੇ ਹੋ ਟੋਟਲ ਵੈਕੈਂਸੀਜ਼ ਦੀ ਗੱਲ ਕਰਾਂ 3261 ਪੋਸਟਾਂ ਆਊਟ ਕੀਤੀਆਂ ਗਈਆਂ ਨੇ categories wise bhi tusi dekh pa rahe ho kafi sari vacancies ne theek hai ji khud check karke ikko zaroor apply karna hai is liye is vich alag alag vacancies ne jidda main ton dassya highest secondary wale 10th plus 2 graduation wale alag alag vacancies sareyan layi out kitiyan gayiyan ne so tusi zaroor apply karna hai ji eh vacancies de liye online apply karna hai online ton main dass chuka kida apply karna hai ji eh link unhone proper hai tusi agar dekhoge 85 page da format hai jithe proper process unhone explain kitta hua hai har ik tusi jagah te dekh pa rahe ho sari cheez screenshot de naal dassi hui kida apply hoyega ke ਸਬਮਿਟ ਹੋਏਗਾ ਇਸ ਦੇ ਵਿੱਚ ਤਿੰਨ ਤੋਂ ਚਾਰ ਤਰ੍ਹਾਂ ਦੇ ਫਾਰਮ ਆਨਲਾਈਨ ਤੁਹਾਨੂੰ ਭਰਨੇ ਹੋਣਗੇ ਠੀਕ ਹੈ ਜੀ ਫਾਰਮੈਟ ਵੀ ਪ੍ਰੋਪਰ ਨਾਲ ਲਿਖੇ ਹੋਏ ਹਨ ਐਂਡ ਸਿਗਨੇਚਰ ਕਿੰਨੇ ਸਾਈਜ਼ ਦਾ ਹੋਣਾ ਚਾਹੀਦਾ ਸਾਰੀ ਚੀਜ਼ ਮੈਂਸ਼ਨਡ ਹੈ ਤੁਸੀਂ ਚੈੱਕ ਕਰਕੇ ਜ਼ਰੂਰ ਅਪਲਾਈ ਕਰਨਾ ਹੈ ਜੀ ਤੇ ਹੁਣ ਮੈਂ ਤੁਹਾਨੂੰ ਲੈ ਚੱਲਦਾ ਹੈ ਸੈਕੰਡ ਨੋਟੀਫਿਕੇਸ਼ਨ ਤੇ ਇਸ ਇਸ ਦਾ ਲਿੰਕ ਤੁਹਾਨੂੰ ਇਸ ਵੀਡੀਓ ਡਿਸਕ੍ਰਿਪਸ਼ਨ ਬਾਕਸ ਵਿੱਚ ਮੈਂ ਤੁਹਾਨੂੰ ਦੇ ਦੇਵਾਂਗਾ ਜੀ सैकेंड नोटिफिकेशन संत लौंगोवाल इंस्टीट्यूट ऑफ इंजीनियरिंग एंड टैक्नोलॉजी वालों आउट किया गया जो कि एस एल आई ई टी वो भी जाना जाता है जी मेल एंड फीमेल दोनों एलिजिबल ने नोटिफिकेशन रिलीज डेट दो सितंबर है तेरह सितंबर तो अप्लाई करना स्टार्ट हो जाएगा लास्ट डेट बई अक्टूबर दो हज़ार इक्की है जी ਐਡਵਰਟਾਈਜ਼ਮੈਂਟ ਨੰਬਰ ਤੁਸੀਂ ਦੇਖ ਪਾ ਰਹੇ ਹੋ 022021 ਆਨਲਾਈਨ ਤੁਹਾਨੂੰ ਇਹਦੇ ਲਈ ਅਪਲਾਈ ਕਰਨਾ ਹੋਏਗਾ ਜੀ ਸਿਲੈਕਸ਼ਨ ਪ੍ਰੋਸੈਸ ਦੀ ਗੱਲ ਕਰਾਂ ਤਾਂ ਪਹਿਲਾਂ ਤੁਹਾਡੀ ਸ਼ਾਰਟਲਿਸਟਿੰਗ ਹੋਏਗੀ ਡਾਕੂਮੈਂਟੇਸ਼ਨ ਦੇ ਬੇਸਿਸ ਤੇ ਮਤਲਬ ਤੁਹਾਡੀ ਕੁਆਲਿਫੀਕੇਸ਼ਨ ਦੇ ਬੇਸਿਸ ਤੇ ਤੇ ਐਕਸਪੀਰੀਐਂਸ ਤੇ ਰਿਟਰਨ ਐਗਜ਼ਾਮੀਨੇਸ਼ਨ ਹੋਏਗਾ ਹੋ ਸਕਦਾ ਹੈ ਔਰ ਇੰਟਰਵਿਊ ਵੀ ਹੋ ਸਕਦਾ ਦੋਨਾਂ ਚੋਂ ਇੱਕ चीज ਹੋ ਸਕਦੀ ਹੈ ਜਿਆਦਾ ਐਪਲੀਕੇਸ਼ਨਾਂ ਆਣ ਗਿਆ ਤਾਂ ਰਿਟਰਨ ਐਗਜ਼ਾਮੀਨੇਸ਼ਨ ਵੀ ਹੋ ਸਕਦਾ ਹੈ ਈਦਰ ਨਹੀਂ ਤੇ ਤੁਹਾਡੀ ਇੰਟਰਵਿਊ ਦੇ ਥਰੂ ਸਿਲੈਕਸ਼ਨ ਜਿਹੜੀ ਹੈ ਜੀ ਹੋਏਗੀ ਇਸ ਦੇ ਵਿੱਚ ਜਿਹੜੇ ਹੈ ਜੀ ਜਿਹੜੀਆਂ ਹੈਗੀਆਂ ਤੁਹਾਡੀ ਏਜ ਲ ਯਾਨੇ ਜੋ ਕਿ ਅਲੱਗ-ਅਲੱਗ ਸਬਜੈਕਟ ਸਬਜੈਕਟ ਦੇ ਲਈ ਆਊਟ ਹੋਈਆਂ ਨੇ ਜਿਨ੍ਹਾਂ ਨੇ ਪੋਸਟ ਗ੍ਰੈਜੂਏਸ਼ਨ ਗ੍ਰੈਜੂਏਸ਼ਨ ਕੀਤੀ ਹੋਈ ਹੈ ਰੈਲਵੇ ਡਿਸਪੀਲਨ ਦੇ ਵਿੱਚ ਉਹ 얘 ਦੇ ਲਈ ਅਪਲਾਈ ਕਰ ਸਕਦੇ ਨੇ ਲਿੰਕ ਤੁਸੀਂ ਜ਼ਰੂਰ ਚੈੱਕ ਕਰ ਲੈਣਾ ਜੀ ਇੱਕ ਵਾਰੀ ਉਸ ਤੋਂ ਬਾਅਦ ਨੈ ਦਿਨ ਦੱਸ ਦਿੰਦੇ ਜੀ ਇਸ ਦੇ ਵਿੱਚ ਤੁਹਾਡੇ ਜਿਹੜੇ ਚਾਰजेस ਰਹਿਣਗੇ ਐਪਲੀਕੇਸ਼ਨ ਫੀ ਦੇ ਜਨਰਲ OBC EWS ਮੇਲ ਕੈਂਡੀਡੇਟ ਤੇ 1200 ਰੁਪਏ ਰਹਿਣਗੇ ਪਲੱਸ ਪੋਰਟਲ ਚਾਰजेस ਤੇ ਅਦਰ ਜਿਹੜੇ ਬਾਕੀ ਸਾਰੇ ਕੈਂਡੀਡੇਟ ਨੇ ਇਨਕਲੂਡਿੰਗ ਔਮਨ ਉਹਨਾਂ ਦੇ 150 ਰੁਪਏ ਸਿਰ ਪੋਰਟਲ ਚਾਰजेस ਹੀ ਪੇ ਜਿਹੜੇ ਕਰਨੇ ਪੈਣਗੇ ਜੀ ਉਸ ਤੋਂ ਬਾਅਦ ਸ ਅਪਲਾਈ ਕਰੰਦਾ ਹੈ ਨੋਟੀਫਿਕੇਸ਼ਨ ਥੋੜਾ ਜਿਆ ਤੁਹਾਨੂੰ ਦੱਸ ਦੇਣਾ ਹੈ ਓਪਨ ਕਰਕੇ ਤਾਂ ਕਿ ਤੁਹਾਨੂੰ ਕੋਈ ਡਾਊਟ ਨਾ ਰਹੇ ਇਸ ਦੇ ਵਿੱਚ ਜਿੱਦਾਂ ਤੁਸੀਂ ਲਿੰਕ ਤੇ ਕਲਿੱਕ ਕਰਦੇ ਹੋ ਓਪਨ ਹੋ ਜਾਏਗਾ ਡਾਊਨਲੋਡ ਹੋ ਕੇ ਤੁਹਾਡੇ ਕੋਲ ਆ ਜਾਏਗਾ ਜੀ ਇਹ ਤੁਸੀਂ ਨੋਟੀਫਿਕੇਸ਼ਨ ਦੇਖ ਪਾ ਰਹੇ ਹੋ ਜੀ ਸੰਤ ਲੋਂਗੋਵਾਲ ਇੰਸਟੀਟਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਵੱਲੋਂ ਆਊਟ ਕੀਤਾ ਗਿਆ ਹੈ ਜੀ ਇਹਦੇ ਲਈ ਜਿਹੜੇ ਵੀ ਕੈਂਡੀਡੇਟ ਐਲੀਜੀਬਲ ਨੇ ਪੋਸਟ ਗ੍ਰੈਜੂਏਸ਼ਨਲ ਡਿਪਲੋਮਾ ਵਾਲੇ ਉਹ ਅਪਲਾਈ ਕਰ ਸਕਦੇ ਜਿਨ੍ਹਾਂ ਨੇ ਪੀ ਐਚ ਡੀ ਕੀਤੀ ਹੋਈ ਹੈ ਸੇਮ ਇਟਸ ਜਿਹੜੀ ਰੈਲੇਵੈਂਟ ਡਿਸਪਲਨ ਦੇ ਵਿੱਚ ਤੋਂ ਅਪਲਾਈ ਕਰ ਸਕਦੇ ਨੇ ਜ਼ਰੂਰ ਇਹਦੇ ਲਈ ਅਪਲਾਈ ਕਰ ਲੈਣਾ ਜੀ ਮੈਂ ਤੁਹਾਡੇ ਲਈ ਹੁਣ ਸੈਕੰਡ 3rd ਨੋਟੀਫਿਕੇਸ਼ਨ ਦੀ ਆਪਾਂ ਗੱਲ ਕਰਦੇ ਹਾਂ ਜੋ ਕਿ ਆਊਟ ਕਰ ਦਿੱਤਾ ਗਿਆ ਹੈ ਜੀ ਐਚ ਟੀ ਐਫ ਸੀ ਬੈਂਕ ਦੇ ਵੱਲੋਂ ਏ ਐਚ ਡੀ ਐਫ ਸੀ ਬੈਂਕ ਦਾ ਜਿਹੜਾ ਨੈਟ ਹੈਗਾ ਹੈ ਜੀ ਇਹ ਨੋਟੀਫਿਕੇਸ਼ਨ ਜਿਹੜਾ ਜੀ ਸੀ ਬੈਂਕ ਪ੍ਰਾਈਵੇਟ ਲਿਮਟਿਡ ਵੱਲੋਂ ਆਊਟ ਕੀਤਾ ਗਿਆ ਹੈ ਸੋ ਇਸ ਦੇ ਵਿੱਚ ਜਿਹੜੇ ਨੇ ਕਾਫੀ ਕੈਂਡੀਡੇਟ ਜਿਹੜੇ ਨੇ एलिजिबल ਹੁੰਦੇ ਨੇ ਇਹਦੇ ਵਿੱਚ ਵੈਕੈਂਸੀਸ ਅਲੱਗ-ਅਲੱਗ ਤਰ੍ਹਾਂ ਦੀ ਆਊਟ ਹੋਈਆਂ ਨੇ ਜਿਸ ਦੇ ਵਿੱਚ ਗ੍ਰੈਜੂਏਸ਼ਨ ਵਾਲੇ ਕੈਂਡੀਡੇਟ ਮੇਅਰ ਮਿਨੀਮਮ ਗ੍ਰੈਜੂਏਸ਼ਨ ਰਿਕੁਆਇਰਡ ਹੁੰਦੀ ਹੈ ਜੀ ਇਹਦੇ ਵਿੱਚ ਪਲੱਸ 2 ਵਾਲੇ ਵੀ ਰੱਖਦੇ ਨੇ ਲੇਕਿਨ ਇਹਦੇ ਵਿੱਚ ਅਗਰ ਆਪਾਂ ਆਨਲਾਈਨ ਉਹਦੀ ਵੈਬਸਾਈਟ ਜਾ ਕੇ ਦੇਖੀਏ ਤਾਂ ਜਿਹੜੀ ਵੀ ਕੈਟਾਗਰੀ ਮਿਲਦੀ ਹੈ ਸਾਨੂੰ ਉਹਦੇ ਵਿੱਚ ਮੈਕਸਿਮਮ ਜਿਹੜੇ ਨੇ ਗ੍ਰੈਜੂਏਸ਼ਨ ਪ੍ਰੋਸੈਸ ਐਗਜ਼ੀਕਿਊਟਿਵ ਦੀ ਰਿਸਕ ਮੈਨੇਜਰ ਦੀ ਆਰਮ ਸਰਵਿਸਿਜ਼ ਦੀ ਸੇਲਸ ਮੈਨੇਜਰ ਕਸਟਮਰ ਸਰਵਿਸਿਜ਼ ਟ੍ਰੇਡ ਸੇਲਸ ਮੈਨੇਜਰ ਸੇਲਸ ਮੈਨੇਜਰ ਫਾਈਨਾਂਸ ਸੇਲਸ ਮੈਨੇਜਰ ਰਿਕਵਰੀ ਸੇਲਸ ਮੈਨੇਜਰ ਫੋਰੈਕਸ ਪ੍ਰੋਜੈਕਟ ਮੈਨੇਜਰ ਏਰੀਆ ਕਲੈਕਸ਼ਨ ਮੈਨੇਜਰ ਆਊਟਰੀਚ ਮੈਨੇਜਰ ਆਥੋਰਾਈਜ਼ਰ ਬ੍ਰਾਂਚ ਸੇਲਸ ਮੈਨੇਜਰ ਏਰੀਆ ਸੇਲਸ ਮੈਨੇਜਰ ਇਸ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੀ ਵੈਕੈਂਸੀਜ਼ ਆਊਟ ਹੋਈਆਂ ਨੇ ਕਿਉਂਕਿ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਤੇ ਅਗਰ ਤੁਸੀਂ ਕੈਰੀਅਰ ਸੈਕਸ਼ਨ ਦੇ ਵਿੱਚ ਜਾਓਗੇ ਕਿਉਂਕਿ ਇਹਨਾਂ ਨੇ ਲਾਸਟ ਵਾਲਾ ਜਿਹੜਾ ਪਹਿਲੋ ਕੈਰੀਅਰ ਸੈਕਸ਼ਨ ਸੀ ਉਹ ਚੇਂਜ ਕਰ ਦਿੱਤਾ ਟੋਟਲੀ ਇਸ ਕਰਕੇ ਕਾਫੀ ਸਾਰੇ ਕੈਂਡੀਡੇਟ ਨੂੰ ਅਪਲਾਈ ਕਰਨ ਦਾ ਲਿੰਕ ਨਹੀਂ ਮਿਲਦਾ ਸੀਗਾ ਇਹ 올ਓਵਰ ਇੰਡੀਆ ਦੇ ਲਈ ਵੈਕੈਂਸੀਸ ਹੁੰਦੀਆਂ ਨੇ ਤੁਸੀਂ ਆਪਣੇ ਏਰੀਆ ਦਾ ਜਿਹੜਾ ਸਿਟੀ ਦਾ ਇਹ ਫਿਲਟਰ ਲਗਾ ਕੇ ਵੀ ਚੈੱਕ ਕਰ ਸਕਦੇ ਹੋ ਹੁਣ ਜਿਹੜੇ ਤੁਸੀਂ ਅਗਰ ਇਹ ਕਹੋਗੇ ਕਿ ਪਿੰਡ ਵਿੱਚ ਜਾਂ ਇਧਰ ਏਰੀਆ ਦੇ ਵਿੱਚ ਤਾਂ ਨਹੀਂ ਹੋਏਗਾ ਸਿਟੀਆਂ ਜਿਹੜੀਆਂ ਨੇ ਪ੍ਰੋਪਰ ਤੁਸੀਂ ਫਿਲਟਰ ਲਗਾ ਸਕਦੇ ਹੋ ਉਹਦੀਆਂ ਉੱਥੋਂ ਤੁਸੀਂ ਚੈੱਕ ਕਰ ਲੈਣਾ ਕਿਹੜੀ ਸਿਟੀ ਲਈ ਵੈਕੈਂਸੀਜ਼ ਆਊਟ ਹੋਈਆਂ ਨੇ ਇੱਥੇ ਅਪਲਾਈ ਆਨਲਾਈਨ ਦਾ ਲਿੰਕ ਹੈ ਜੀ ਨੋਟੀਫਿਕੇਸ਼ਨ ਤੋਂ ਮੇਰਾ ਭਾਵਾ ਕਿ ਸੇਮ ਹੀ ਲਿੰਕ ਹੈ ਦੋਨਾਂ ਦੇ ਵਿੱਚ ਵੀ ਲੇਕਿਨ ਅਪਲਾਈ ਕਰਨ ਦਾ ਪਹਿਲਾਂ ਤੁਸੀਂ ਪੜ੍ਹ ਸਕਦੇ ਹੋ ਡਿਸਕ੍ਰਿਪਸ਼ਨ ਜੌਬ ਡਿਸਕ੍ਰਿਪਸ਼ਨ ਫਿਰ ਉਸ ਤੋਂ ਬਾਅਦ ਜਿਹੜਾ ਜੀ ਅਪਲਾਈ ਕਰ ਲੈਣਾ ਸੋ ਮੈਂ ਲਿੰਕ ਤੁਹਾਨੂੰ ਸਾਰੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਹੀ relevant discipline ਦੇ ਵਿੱਚ ایکسپੀਰੀਅੰਸ ਵੀ ਹੈਗਾ ਤਾਂ ਤੁਹਾਨੂੰ ਉਹ ਫਾਇਦੇਮੰਦ ਰਹੇਗਾ ਕਿਉਂਕਿ ਉਹਦੇ ਲਈ ਤੁਹਾਨੂੰ ਸ਼ਾਰਟਲਿਸਟਡ ਜਲਦੀ ਕਰ ਲਿਤਾ ਜਾਏਗਾ ਇੰਟਰਵਿਊ ਦੇ ਬੇਸਿਸ ਤੋਂ ਤੁਹਾਡੀ ਚ ਸਿਲੈਕਸ਼ਨ ਹੋਣ ਵਾਲੀ ਹੈ ਜੀ ਔਰ ਇਹ ਚ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਵਾਲੇ ਕੈਂਡੀਡੇਟ ਜਿਹੜੇ ਐਨ ਐਲੀਜੀਬਲ ਨੇ ਅਪਲਾਈ ਕਰ ਸਕਦੇ ਨੇ ਸਿਲੈਕਸ਼ਨ ਪ੍ਰੋਸੈਸ ਦੀ ਗੱਲ ਕਰਾਂ ਤਾਂ ਪਰਸਨਲ ਇੰਟਰਵਿਊ ਤੋਂ ਸਹੀ ਹੀ ਤੁਹਾਡੀ ਜਿਹੜੀ ਹੈ ਜੀ ਇਹਦੇ ਵਿੱਚ ਜਿਹੜੀ ਸਿਲੈਕਸ਼ਨ ਹੈ ਉਹ ਹੁੰਦੀ ਹੈ ਔਰ ਮੋਸਟਲੀ ਕਈ ਜੌਬ ਪੋਸਟ ਦੀ ਗੱਲ ਕਰੀ ਉਹਨਾਂ ਵਿੱਚ ਜਿਹੜਾ ਹੈ ਜੀ ਗਰੁੱਪ ਡਿਸਕਸ਼ਨ ਵੀ ਹੋ ਸਕਦਾ ਹੈ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਐਪਲੀਕੇਸ਼ਨ ਫੀਸ ਤੁਹਾਡੇ ਅਗਰ ਤੁਹਾਨੂੰ ਕੋਈ ਕਾਲ ਆਂਦੀ ਹੈ ਜਾਂ ਫਿਰ ਤੁਹਾਨੂੰ ਕਹਿੰਦਾ ਹੈ ਕਿ ਮੈਂ ਪੈਸੇ ਲੈ ਕੇ ਤੁਹਾਨੂੰ ਦਵਾ ਦਿੰਨਾ ਜੋਬ ਐਦਾਂ ਦਾ ਕੁਝ ਵੀ ਨਹੀਂ ਹੁੰਦਾ ਜੀ ਬਿਲਕੁਲ ਫਰਾਡ ਹੈ ਤੁਸੀਂ ਕਿਤੇ ਵੀ ਕੋਈ ਪੈਸਾ ਜਿਹੜਾ ਜੀ ਪੇ ਨਹੀਂ ਕਰਨਾ ਕਿਉਂਕਿ HDFC ਕਦੀ ਵੀ ਤੁਹਾਡੇ ਕੋਲੋਂ ਕਿਸੇ ਤਰ੍ਹਾਂ ਦਾ ਫੰਡ ਜਾਂ ਪੈਸੇ ਨਹੀਂ ਲੈਂਦੀ ਹੈ ਤੁਹਾਨੂੰ ਜੋਬ ਦਵਾਉਣ ਦੇ ਲਈ ਕਿਉਂਕਿ ਉਹ ਆਪਣੇ ਕੋਲ ਹਾਇਰਿੰਗ ਕਰ ਰਹੀ ਹੈ ਦੈਟ ਮੀਨਸ ਉਹ ਤੁਹਾਨੂੰ ਪੇ ਆਊਟ ਕਰੇਗੀ ਨਾ ਕਿ ਤੁਹਾਡੇ ਕੋਲੋਂ ਪੈਸੇ ਲਏਗੀ ਸੋ ਤੁਸੀਂ ਕਿਸੇ ਤਰ੍ਹਾਂ ਦੀ ਜੋਬ ਦੇ ਵਿੱਚ ਜਿਹੜਾ ਜੀ ਤੁਸੀਂ ਕਦੇ ਵੀ ਇਨਵੈਸਟਮੈਂਟ ਪੈਸੇ ਦਾ ਤੌਰ ਤੇ ਨਹੀਂ ਕਰਨਾ ਤੇ ਚਲੋ ਹੁਣ ਅਸੀਂ ਗੱਲ ਕਰਦੇ ਹਾਂ ਜੀ ਫੋਰਥ ਨੋਟੀਫਿਕੇਸ਼ਨ ਦੀ ਜ g. ਇਹ ਵੈਕੈਂਸੀ ਪੰਜਾਬ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਆਊਟ ਕੀਤੀਆਂ ਗਈਆਂ ਨੇ ਜੀ ਇਸ ਦੇ ਵਿੱਚ ਲਾਸਟ ਡੇਡ ਅਪਲਾਈ ਕਰਨ ਦੀ 10 ਅਕਤੂਬਰ 2021 ਹੈ ਇਹਨੂੰ ਦੁਬਾਰਾ ਤੋਂ ਰੀਓਪਨ ਕੀਤਾ ਗਿਆ ਹੈ ਇਹ ਵੈਕੈਂਸੀਸ ਪ੍ਰੀ ਪ੍ਰਾਇਮਰੀ ਟੀਚਰ ਦੀਆਂ ਨੇ 8393 ਪੋਸਟਾਂ ਨੇ 18 ਤੋਂ ਲੈ ਕੇ 37 ਸਾਲ ਤੱਕ ਦੇ ਕੈਂਡੀਡੇਟ ਐਲੀਜੀਬਲ ਨੇ ਅਪਲਾਈ ਕਰ ਸਕਦੇ ਨੇ ਇਸ ਦੇ ਵਿੱਚ ਅਪਲਾਈ ਕਰਨ ਦਾ ਲਿੰਕ ਤੁਹਾਨੂੰ ਦਿੱਤਾ ਹੋਇਆ ਹੈ ਤੇ ਨੋਟੀਫਿਕੇਸ਼ਨ ਪੀਡੀਐਫ ਵੀ ਦਿੱਤਾ ਹੋਇਆ ਇਹਨੂੰ ਇੱਕ ਵਾਰੀ ਗੋ ਥਰੂ ਜ਼ਰੂਰ ਕਰ ਲੈਣਾ ਜੀ ਉਸ ਤੋਂ ਬਾਅਦ ਨੈਕਸਟ ਗੱਲ ਕਰੀਏ 12th ਪਾਸ ਕੈਂਡੀਡੇਟ ਜਿਨ੍ਹਾਂ ਨੇ ਡਿਪਲੋਮਾ ਇਨ ਨਰਸਰੀ ਟੀਚਰ ਟ ਇਹਦੇ ਵਿੱਚ ਤੁਹਾਨੂੰ 10th ਜਿਹੜਾ ਹੈ ਜੀ ਪੰਜਾਬੀ ਸਬਜੈਕਟ ਦੇ ਨਾਲ ਹੋਣਾ ਜ਼ਰੂਰੀ ਹੈ ਰਿਟਨ ਇਗਜ਼ਾਮ ਹੋਏਗਾ ਕੰਬਾਈਨ ਟੈਸਟ ਹੋਏਗਾ ਤੁਹਾਡਾ ਉਸ ਦੀ ਬੇਸ ਤੇ ਤੁਹਾਡੀ ਸਿਲੈਕਸ਼ਨ ਜਿਹੜੀ ਹੈ ਜੀ ਹੋਣੀ ਹੈ ਇਸ ਦੇ ਵਿੱਚ ਜਨਰਲ OBC EWS ਤੇ ਅਨਰਿਜ਼ਰਵ ਕੈਂਡੀਡੇਟ ਕੈਟਾਗਰੀ ਦੇ ਕੈਂਡੀਡੇਟ ਨੂੰ ਜਿਹੜਾ ਪੇ ਕਰਨਾ ਪਏਗਾ 1000 ਰੁਪੀ ਐਸਸੀ ਕੈਂਡੀਡੇਟ ਨੂੰ 500 ਰੁਪੀ ਅਰ ਐਕਸ ਸਰਵਿਸ ਮੈਂ ਕੈਂਡੀਡੇਟ ਨੂੰ ਜਿਹੜਾ ਜੀ ਨਿਲ ਕਿਸੇ ਤਰ੍ਹਾਂ ਦੇ ਕੋਈ ਫੀ ਜਿਹੜੀ ਪੇ ਨਹੀਂ ਕਰਨੀ ਹੈ ਆਨਲਾਈਨ ਅਪਲਾਈ ਕਰਨਾ ਹੋਏਗਾ ਜੀ ਔਰ ਆਨਲਾਈਨ ਅਪਲੀਕੇਸ਼ਨ ਫੀ ਵੀ ਜਿਹੜੀ ਤੁਹਾਨੂੰ ਆਨਲਾਈਨ ਹੀ ਭਰਨੀ ਹੋਏਗੀ ਸੋ ਇਹ ਪੰਜਵਾਂ ਤੇ ਲਾਸਟ ਨੋਟੀਫਿਕੇਸ਼ਨ ਜੋ ਕਿ ਰੂਪਨਗਰ ਕੋਰਟ ਵੱਲੋਂ ਆਊਟ ਕੀਤਾ ਗਿਆ ਹੈ ਇਹ ਵੈਕੈਂਸੀ ਹੈ ਡਿਸਟ੍ਰਿਕਟ ਐਂਡ ਸੈਸ਼ਨ ਕੋਡ ਰੂਪਨਗਰ ਵੱਲੋਂ ਆਊਟ ਕੀਤੀਆਂ ਗਈਆਂ ਨੇ ਇਸ ਦੇ ਵਿੱਚ ਲਾਸਟ ਡੇਟ ਅਪਲਾਈ ਕਰਨ ਦੀ 7 ਅਕਤੂਬਰ 2021 ਜਿਹੜੀ ਹੈ ਜੀ ਹੈਗੀ ਹੈ ਇਸ ਦੇ ਵਿੱਚ ਮੇਲ ਅਤੇ ਫੀਮੇਲ ਦੋਨੋਂ ਹੀ ਕੈਂਡੀਡੇਟ ਐਲੀਜੀਬਲ ਨੇ ਇਸ ਦੇ ਵਿੱਚ ਵੈਕੈਂਸੀਜ਼ ਦੀ ਗੱਲ ਕਰਾਂ ਤਾਂ ਪ੍ਰੋਸੈਸ ਸਰਵਰ ਦੀਆਂ 6 ਵੈਕੈਂਸੀਜ਼ ਨੇ 18 ਤੋਂ ਲੈ ਕੇ 35 ਸਾਲ ਤੱਕ ਦੇ ਕੈਂਡੀਡੇਟ ਐਲੀਜੀਬਲ ਨੇ ਪੀ ਐਨ ਦੀ ਗੱਲ ਕਰਾਂ ਤਾਂ 8 ਵੈਕੈਂਸੀਜ਼ ਨੇ 18 ਤੋਂ 35 ਸਾਲ ਤੱਕ ਦੇ ਕੈਂਡੀਡੇਟ ਨੇ ਸਵੀਪਰ ਲਈ ਵੀ 8 ਵੈਕੈਂਸੀਜ਼ ਨੇ ਟੋਟਲ 18 ਤੋਂ ਲੈ ਕੇ 35 ਸਾਲ ਤੱਕ ਦੇ ਕੈਂਡੀਡੇਟ ਐਲੀਜੀਬਲ ਨੇ ਤੇ ਇਸ ਦੇ ਨਾਲ ਇਹ ਰੈਲੈਕ ਗੱਲ ਕਰਾਉਣ 94 ਤੋਂ ਲੈ ਕੇ 10600 ਪਲੱਸ 30 1800 ਜਿਹੜੀ ਜੀ ਗ੍ਰੇਡ ਪੇ ਦੇ ਵਿੱਚ ਰਹਿਣ ਵਾਲੀ ਹੈ ਜਿਸ ਦੇ ਵਿੱਚ ਇਹ ਵੈਕੈਂਸੀ ਡਿਸਟ੍ਰਿਕਟ ਐਂਡ ਸੈਕਸ਼ਨ ਕੋਡ ਰੂਬ ਨੰਬਰ ਲੋ ਆਊਟ ਕੀਤੀਆਂ ਗਈਆਂ ਨੇ ਜਿਨ੍ਹਾਂ ਕੈਂਡੀਡੇਟ ਨੇ 10th ਪਾਸ ਕੀਤੀ ਹੋਈ ਹੈ ਤੇ ਪੰਜਾਬੀ ਜਿਹੜੀ ਲੈਂਗੁਏਜ ਆਉ ਦਿ ਨੋਲਿਜ ਹੈਗੀ ਹੈ ਤਾਂ ਉਹ ਦੇ ਲਈ एलिजिਬਲ ਨੇ ਅਪਲਾਈ ਕਰ ਸਕਦੇ ਨੇ ਕਿਸੇ ਤਰ੍ਹਾਂ ਦੀ ਐਪਲੀਕੇਸ਼ਨ ਫੀ ਜਿਹੜੀ ਜੀ ਤੁਹਾਨੂੰ ਪੇ ਨਹੀਂ ਕਰਨੀ ਹੋਏਗੀ ਲਿੰਕ ਤੁਸੀਂ ਦੇਖ ਪਾ ਰਹੇ ਹੋ ਨੋਟੀਫਿਕੇਸ਼ਨ ਦਾ ਇੱਥੇ ਹੈ ਜੀ ਔਰ ਅਪਲਾਈ ਕਰਨ ਦੇ ਲਈ ਤੁਸੀਂ ਐਪਲੀਕੇਸ਼ਨ ਫਾਰਮ ਜਿਹੜਾ ਡਾਊਨਲੋਡ ਕਰਕੇ ਭਰ ਕੇ ਨਾਲ ਆਪਣੇ ਡਾਕੂਮੈਂਟ ਅਟੈਚ ਕਰਨੇ ਹੋ ਜੀ ਕਰ ਦੇਣੇ ਆ ਸੋ ਟਾਈਮ ਤੁਹਾਨੂੰ ਦੱਸ ਚੁੱਕਾ ਹਾਂ 10 ਅਕਤੂਬਰ ਤੋਂ ਪਹਿਲੇ ਪਹਿਲਾਂ ਸੈਂਡ ਕਰਨੇ ਹੋਣਗੇ ਲਿੰਕ ਵਿੱਚ ਸਾਰੇ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਦੇ ਦਾਂਗਾ ਸਾਰੇ ਦੇ ਸਾਰੇ ਚੈੱਕ ਕਰਕੇ ਜ਼ਰੂਰ ਅਪਲਾਈ ਕਰ ਲੈਣਾ ਜੀ ਇਹ ਪੰਜ ਵੈਕੈਂਸੀ ਜਿਹੜੀਆਂ ਪੰਜਾਬ ਦੇ ਵਿੱਚ ਆਊਟ ਕੀਤੀਆਂ ਗਈਆਂ ਨੇ ਸੋ ਇਹ ਇੱਕ ਤਰ੍ਹਾਂ ਦੀ ਰਿਵੀਜ਼ਨ ਹੈ ਕਿਉਂਕਿ ਪਹਿਲਾਂ ਵੀ ਇਹ ਦੇ ਵੈਕੈਂਸੀ ਲਈ ਮੈਂ ਤੁਹਾਨੂੰ ਅਪਡੇਟ ਦਿੱਤਾ ਹੋਇਆ ਜਿਨ੍ਹਾਂ ਨੇ ਨਹੀਂ ਅਪਲਾਈ ਕੀਤਾ ਜਲਦੀ ਨਾਲ ਅਪਲਾਈ ਕਰ ਲਵੋ ਹੁਣ ਮੈਂ ਤੁਹਾਨੂੰ ਮਿਲਾਂਗਾ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਧੰਨਵਾਦ ਜੀ